ਕਦੀ ਮਾਂ ਬਾਜ਼ਾਰ ਝੜਦੀ ਨਜ਼ਰ ਆਉਂਦੀ ਹੈ, ਕਦੀ ਬਹਿਣ ਮਾਤਾ ਤੋਂ ਝੜਕਾ ਚੜ੍ਹਦੀ ਨਜ਼ਰ ਸੀ। ਜਦੋਂ ਤੁਹਾਡੇ ਦਿਲ ਦਾ ਦਰਦ ਹੈ, ਸਦਾ ਮੁਸ਼ਕਲ ਆ ਗਈ, ਜਦੋਂ ਸਮਝੇ ਇਹਨਾਂ ਜੋ ਮਾਂ ਤੋਂ ਮੈਂ ਨਹੀਂ ਪਿਆ ਬਣਾ ਸਕਦਾ, ਇਮਾਮ ਹੋ ਕੇ ਨਹੀਂ ਪੁੱਤਰ ਹੋ ਕੇ, ਮਾਂ ਕੋਲ ਉੱਠੇ ਉੱਥੇ ਆਈ ਜਦੋਂ ਉੱਠਿਆ, ਮਾਂ ਮੇਰੇ ਨਾਲ ਡੋਲੋ, ਤੁਸੀਂ ਸਿਫਾਰਿਸ਼ ਕਰੋ, ਅੱਜ ਮੈਂ ਮਾਂ ਨੂੰ ਧੁੱਪ ਤੋਂ ਉਠਾਇਆ। ਗਊਸ਼ਾਲਾ ਦੀਆਂ ਟੁਰ ਪਈਆਂ, ਇੱਕ ਇੱਕ ਪਾਸੇ, ਦੂਜੀ ਦੂਜੇ ਪਾਸੇ, ਜਿੱਥੇ ਪਰਦੇ ਚੋਂ ਬੇਟੀਆਂ, ਇਹ ਮੇਰੀਆਂ ਭੈਣਾਂ ਧੀਆਂ ਦੇ ਹਿੱਸੇ ਦਾ ਲਫ਼ਜ਼ ਅਤੇ ਤੁਹਾਡਾ ਮਾਤਮ ਆਲੀਆ ਕੋਲ ਵੇ ਕੇ ਆਉਂਦੇ ਨੂੰ ਫਰਜਾਈ, ਧੀਆਂ ਨੂੰ ਪੇਕਿਆਂ ਦੇ ਬੜੇ ਮਾਣ ਆਉਂਦੇ, ਸਾਡਾ ਧੀਆਂ ਦੇ ਪੇਕੇ ਮਾਣ ਸਲਾਮਤ ਰਹਿਣਾ। ਬਾਪ ਜਿੰਦਾ ਹੋਵੇ ਨਾ ਫਿਰਾਵਾਂ ਦੀ ਜ਼ਰੂਰਤ ਨਹੀਂ ਆਉਂਦੀ, ਅੱਲਾ ਨਾ ਕਰੇ ਬਾਪ ਦਾ ਸਾਇਆ ਉੱਠ ਵੰਜੇ, ਬਸ ਭੈਣ ਦਾ ਸਾਰਾ ਮਾਣ ਆਉਂਦਾ ਹੈ ਫਿਰਾ ਨਾਲ, ਅਤੇ ਅੱਲਾ ਨਾ ਕਰੇ ਕਿਸੇ ਭੈਣ ਦਾ ਫਿਰਾ ਮਰ ਜਾਏ, ਫਿਰਾਵਾਂ ਦੇ ਬਾਅਦ ਬਰਜਾਈਆਂ ਦੀ ਮਰਜ਼ੀ ਕੋਈ ਕਦਰ ਕਰੇ ਨਾ ਕਰੇ, ਬੀਬੀਆਂ ਦੇ ਅਲੀ ਜੈ ਸਰਦਾਰ ਦੀ ਧੀ, ਹਸਨੈਨ ਅਤੇ ਗਾਜ਼ੀ ਜੈ ਫਿਰਾਵਾਂ ਦੀ ਭੈਣ, ਮੇਰੀ ਕਾਇਨਾਤ ਤੇ ਤੱਕ ਨਹੀਂ ਪਾਉਂਦੀ, ਫਿਰਾ ਮਾਰੇ ਗਏ ਅੱਜ ਫਿਰਾਵਾਂ ਦੇ ਬਾਅਦ, ਇੱਕ ਹੀ ਸਹਾਰਾ ਹੈ, ਤੈਨ ਫਿਰਾ ਸਮਝ ਕੇ ਤੇ ਹੁਸੈਨ ਸਮਝ ਕੇ ਮੰਗਾ ਮੈਂ ਖਾਲੀ ਤਨ ਆਡਰ ਸੇ, ਆਲੀਆ ਹੁਕਮ ਬੀਬੀ ਕਲਾਈ ਨਾ ਕਿਹਾ ਦੇਣ, ਫਿਰ ਧੁੱਪ ਛੱਡ ਦੇ ਤੇ ਛਾ ਠਠਰ, ਫੈਸਲਾਬਾਦ ਵਾਲੇ ਗੱਲ ਕਰਕੇ ਸਹਾਰਾ ਦਿੱਤਾ, ਵਫਾ ਦੀ ਮਲਕਾ ਉੱਠ ਪਈ, ਪਹਿਲਾ ਕਦਮ ਸਹੀ ਜਾਂਦਾ ਉਹਦੇ ਮਾਣੇ, ਪਹਿਲਾ ਕਦਮ ਛਾਇਆ ਲਚਾ ਕੇ ਤੇ ਆਰਸ਼ਾ ਵੇਖ ਕੇ ਆਉਂਦੇ ਨੇ, ਮੇਰੇ ਅੱਲਾ ਮੇਰੇ ਅਸਵਰ ਦੇ ਜ਼ਖਮੀ ਗੱਲੇ ਦਾ ਵਾਸਤਾ ਹੀ, ਹੁਣ ਹੱਥ ਛੁੜਾਣਾ ਹਯਾ ਨਹੀਂ ਰਹਿੰਦਾ,
کے مرحوم والدین اور ان کے خاندان کے جملہ مرحومین کے لیے ایک بار سورہ فاتحہ اور دوسرا سورہ اخلاص پڑھ سکتے ہیں. دوپہر 2 بجے مجلس اعزاز سے علامہ سید فراز احمد قادری صاحب کے تعلق میں ان تینوں مجالس میں مجلس کے اختتام پر تعبود برآمد ہوگی اور معلوم داری ہوگی. تو اب میں آخر میں درخواست کروں گا خطیب ولایت علی خطیب عالی محمد جناب علامہ سید محمد عباس رضوی صاحب سے تو آپ سے مخاطب ہوں اور مجلس کے اختتام پر تعبود برآمد ہوگا. فرحان الوارث صاحب بہت منوہ خانی کریں گے اور معلوم بھی باہر ہوگا. تمام مومنین سے گزارش ہوگا کہ جیسے تابوت پورا ہوتا وہ بہت تشریف لے جائیں. بر محمد اور اہل بیت محمد صاحب اتنے خوش نصیب بندے ہیں آپ، آپ نے انہیں ایمان
مانا ہے جن کی امامت میں کسی بندے کا کوئی ہاتھ نہیں ہے. اور اسنا اشری کا مطلب ہے